ਉਹਦੇ ਤੇ ਕੌਣ ਪ੍ਰਭਾਵ ਪਾ ਦੂਗਾ? ਮੰਤਰ ਦਾ, ਮੰਤਰ ਦਾ ਪ੍ਰਭਾਵ ਤਾਂ ਮਦਾਰੀ ਜਮੂਰੇ ਤੇ ਪਾਉਂਦਾ, ਜਮੂਰਾ ਮਦਾਰੀ ਤੇ ਨਹੀਂ ਪਾ ਸਕਦਾ। ਮਦਾਰੀ ਜਮੂਰੇ ਤੇ, ਉਹ ਮਦਾਰੀ ਅਸੀਂ ਜਮੂਰੇ, ਅਸੀਂ ਉਹਨੂੰ ਮੰਤਰ ਦੇ ਵਿੱਚ ਵਸ ਕਰਨਾ ਚਾਹੁੰਦੇ ਹਾਂ। ਅਸੀਂ ਤਾਂ ਆਪ ਉਹਦੇ ਬਸ ਚਾਂ ਸਾਰੇ, ਪਹਿਲਾਂ ਆਪਣਾ ਹੀ ਖੜਾ ਛੜਾ ਲਓ, ਤੁਸੀਂ ਬਸ ਤੇ ਪਰੇ ਨਿਕਲ ਕੇ ਦਿਖਾ ਦਿਓ। ਸਾਰੀ ਸ੍ਰਿਸ਼ਟੀ ਉਹਦੇ ਕਾਬੂ 'ਚ ਹੈ, ਤੁਸੀਂ ਬੇਕਾਬੂ ਹੋ ਕੇ ਦਿਖਾਓ। ਉਹਨੂੰ ਕਾਬੂ ਕਰਨ ਦੀ ਤਾਂ ਗੱਲ ਛੱਡੋ, ਆਪ ਹੀ ਬੇਕਾਬੂ ਹੋ ਕੇ ਦਿਖਾਓ, ਆਪਣੀ ਮਰਜ਼ੀ ਨਾਲ ਕੁਛ ਕਰਕੇ ਦਿਖਾਓ। ਕੁਛ ਨਹੀਂ ਕਰ ਸਕਦਾ ਆਦਮੀ ਆਪਣੀ ਮਰਜ਼ੀ ਤੋਂ। ਪੁੱਠਾ ਗੇੜਾ ਦੇ ਰਹੇ ਨੇ ਪੁੱਠਾ ਹੁਕਮ ਨੂੰ। ਇਹ ਸਾਖਤਾਂ ਦੀ ਮੱਤੇ ਪੁੱਠਾ ਪੁੱਠੀ ਹੁੰਦੀ ਹੈ। ਅਤੰਤਰ ਹਰੀ ਜੰਤਰ ਮੰਤਰ ਤੰਤਰ ਤਿੰਨ ਨੇ, ਜੰਤਰ ਮੰਤਰ ਤੰਤਰ ਤਿੰਨਾਂ ਦੇ ਪਰੇ ਜਿਹੜੀ ਪੌੜ ਤਿਆਰ ਕੀਤੀ ਸੀ, ਇਹ ਵੀ ਜੰਤਰ ਮੰਤਰ ਤੰਤਰ ਤਿੰਨੇ ਸੀ ਇਹਦੇ ਵਿੱਚ। ਜੰਤਰ ਕੀ ਹੈ? ਖੰਡਾ ਬਾਟਾ। ਮੰਤਰ ਕੀ ਹੈ? ਜੋ ਬਾਣੀ ਪੜ੍ਹੀ ਹੈ। ਤੰਤਰ ਕੀ ਹੈ? ਜੋ ਤਿਆਰ ਕਰ ਲਿਆ, ਜੋ ਤਿਆਰ ਹੋ ਗਿਆ ਉਹ ਤੰਤਰ ਹੈ। ਪਰ ਪਰਮੇਸ਼ਰ ਫਿਰ ਵੀ ਇਹਦੇ ਪਰੇ, ਉਹ ਤਾਂ ਇਹਦੇ ਬਾਹਰ ਹੈ। ਕੀ ਪਰਮੇਸ਼ਰ ਨੂੰ ਤੁਸੀਂ ਪੀ ਜਾਓਗੇ? ਉਹ ਫਿਰ ਵੀ ਇਹਦੇ ਪਰੇ। ਇਹਦੇ ਵਿੱਚ ਨਹੀਂ ਹੈ ਪਰਮੇਸ਼ਰ, ਨਹੀਂ ਇਹਦੇ ਵਿੱਚ ਹੁੰਦਾ। ਸਮਝਿਆ ਨੀ? ਹਾਂ, ਉਹ ਜਿਹੜਾ ਉਹਦਾ ਨਾਮ ਅਮਰ ਦਾ, ਉਹ ਨਹੀਂ ਇਹਦੇ ਵਿੱਚ ਹੈ। ਇਸ ਕਰਕੇ ਇਹਨੂੰ ਪਹੁੜਾ ਕਿਹਾ ਸੀ, ਅੰਮ੍ਰਿਤ ਨਹੀਂ ਸੀ ਕਿਹਾ। ਗੁਰੂ ਨਹੀਂ ਸੀ ਇਹਨੂੰ ਕਹਿ ਸਕਦੇ ਅੰਮ੍ਰਿਤ, ਉਹਨਾਂ ਨੂੰ ਸਮਝ ਸੀ, ਇਹ ਬੇਸਮਝਾਂ ਨੇ ਅੰਮ੍ਰਿਤ ਬਣਾਤਾ। ਜੇ ਅੰਮ੍ਰਿਤ ਅਸੀਂ ਬਣਾਤਾ ਤਾਂ ਨੰਬਰ ਵੀ ਇਹਦਾ 37ਵਾਂ ਜਾ ਪਿਆ। 36 ਅੰਮ੍ਰਿਤ ਤੋਂ ਪਹਿਲਾਂ ਹੋਰ ਹੈਗੇ ਨੇ ਗੁਰਬਾਣੀ 'ਚ ਲਿਖੇ ਹੋਏ, ਜਿਹੜੇ ਸਰੀਰ ਦੇ ਖਾਣ ਪੀਣ ਵਾਲੇ ਅੰਮ੍ਰਿਤ ਨੇ, ਪਹਿਲਾਂ 36 ਹੋਰ ਹੈਗੇ ਨੇ। ਜੇ ਪ੍ਰਸਾਦ 36 ਅੰਮ੍ਰਿਤ ਹੋਏ, ਜੇ ਅੰਮ੍ਰਿਤ ਆ ਤਾਂ 37ਵਾਂ ਨੰਬਰ ਹੈ, 36 ਪਹਿਲਾਂ ਤਾਂ ਹੋਰ ਨੇ। ਲੂਣ ਵੀ ਅੰਮ੍ਰਿਤ ਹੈ, ਜਾਵੇਂ ਅੰਮ੍ਰਿਤ ਲੋਣ, ਲੋਣ ਤੋਂ ਵੀ ਥੱਲੇ ਵਾਲਣਾ, ਅਸੀਂ ਇਹਨੂੰ ਅੰਮ੍ਰਿਤ ਕਹਿ ਕੇ ਲੋਣ ਤੋਂ ਥੱਲੇ ਡਿਗਰੀ ਕਰਤੀ। ਵੱਡੇ ਸਿਆਣਿਆਂ ਨੇ, ਜਿਹੜੇ ਵੱਡੇ ਸਿਆਣੇ ਹੁੰਦੇ ਨੇ ਨਾ, ਉਹ ਇੱਦਾਂ ਹੀ ਕਰਦੇ ਹੁੰਦੇ ਨੇ। ਅੰਮ੍ਰਿਤ ਦਾ ਲੋਣ ਮੰਦੀ ਹੈ ਬਾਣੀ, ਜਾਵੇਂ ਅੰਮ੍ਰਿਤ ਲੋਣ, ਖੂਬ ਖਾਣਾ ਖਿਚੜੀ, ਜਾਵੇਂ ਅੰਮ੍ਰਿਤ ਲੋਣ, ਲੋਣ ਵੀ ਅੰਮ੍ਰਿਤ ਹੈ। ਜੇ ਪ੍ਰਸਾਦ 36 ਅੰਮ੍ਰਿਤ ਖਾਏ ਤੇ ਠਾਕਰ ਉਹ ਰਖਮਾ ਨੂੰ ਆਏ, ਇਹਨਾਂ ਨੰਬਰ ਕੀ ਪੈ ਗਿਆ? ਫਿਰ 37ਵਾਂ ਪੈ ਗਿਆ। ਜੇ ਰਹਿੰਦੀ ਪੌੜ ਫਿਰ ਇੱਕੋ ਹੀ ਹੈ ਆਪਣੇ ਵਰਗੀ, ਦੂਜੀ ਪੌੜ ਨਹੀਂ ਹੈ ਕਿਤੇ, ਕਿਸੇ ਗ੍ਰੰਥ 'ਚ ਕਿਤੇ ਦੂਜੀ ਪੌੜ ਜ਼ਿਕਰ ਨਹੀਂ ਹੈ, ਪੌੜ ਇੱਕੋ ਹੀ ਹੈ। ਇਹ ਸਾਡੀ ਬਹੁਤੀ ਅਕਲ ਦਾ ਰਿਜ਼ਲਟ ਹੈ, ਜਿਹੜੀ ਬਹੁਤੀ ਅਕਲ ਅਸੀਂ ਵਰਤੀ ਹੈ ਨਾ। ਅਸਲ 'ਚ ਸਾਰਾ ਕੁਛ ਨਾਸ਼ ਅਸੀਂ ਆਪਣੀ ਅਕਲ ਨਾਲ ਕੀਤਾ, ਗੁਰੂ ਤੋਂ ਗਾਹਾਂ ਨਿਕਲਣ ਦੀ ਕੋਸ਼ਿਸ਼ ਕੀਤੀ, ਗਾਹਾਂ ਨਿਕਲਣ ਦੀ ਕੋਸ਼ਿਸ਼ ਕੀਤੀ, ਮਾਰੇ ਗਏ। ਸਮਝਿਆ ਨੀ? ਜਿਵੇਂ ਬੱਚਾ ਮਾਂ ਬਾਪ ਦੇ ਪਿੱਛੇ ਜਾਣ ਦੀ ਬਜਾਏ, ਬਰਾਬਰ ਤੁਰਨ ਦੀ ਬਜਾਏ, ਵੀ ਉਂਗਲੀ ਫੜ ਕੇ ਭੱਜ ਕੇ ਮੂਹਰੇ ਚਲਾ ਜਾਵੇ, ਆਜੂ ਕਿਸੇ